ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਜ਼ਦੂਰ ਔਰਤਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਪੀਆਈ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਮਾਨਸਾ ਦੇ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਵੱਲੋਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਦੇ ਤਹਿਤ ਉਨ੍ਹਾਂ ਦੇ ਵੱਲੋਂ ਜ਼ਿਲ੍ਹਾ ਕਚਹਿਰੀ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਹਨਾਂ ਦਾ ਕੀ ਕੁਝ ਕਹਿਣਾ ਸੀ, ਆਓ ਜਰਾ ਤੁਹਾਨੂੰ ਸੁਣਾ ਦਿੰਨੇ ਆ। ਇਹ ਪੰਜਾਬ ਦੀ ਖੇਤ ਮਜ਼ਦੂਰ ਸਭਾ ਦਾ ਜਿਹੜਾ ਇਸਤਰੀ ਵਿੰਗ ਹੈ ਜ਼ਿਲ੍ਹਾ ਮਾਨਸਾ ਦਾ, ਇਹ ਅੱਜ ਦਾ ਡਿਮਾਂਸਟ੍ਰੇਸ਼ਨ ਉਹਨਾਂ ਵੱਲੋਂ ਕੀਤਾ ਗਿਆ। ਇਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ, ਇੱਕ ਤਾਂ ਮਾਈਕਰੋਸਾਫਟ ਕੰਪਨੀਆਂ ਦਾ ਕਰਜ਼ਾ ਲੋਕਾਂ ਦਾ ਲੱਕ ਤੋੜ ਰਿਹਾ, 30 ਤੋਂ ਲੈ ਕੇ 60% ਤੱਕ ਵਿਆਜ ਲਿਆ ਜਾ ਰਿਹਾ। ਸਾਡੀ ਪਹਿਲੀ ਮੰਗ ਹੈ ਕਿ ਉਹ ਕਰਜ਼ਾ ਮਾਫ਼ ਕੀਤਾ ਜਾਏ। ਸੈਕਿੰਡ ਮੰਗ ਸਾਡੀ ਇਹ ਹੈ, ਸਰਕਾਰ ਨੇ ਅਨਾਊਂਸਮੈਂਟ ਤਾਂ ਕੀਤੀ ਹੈ ਵੀ ਨਰਮੇ ਦੇ ਖਰਾਬੇ ਦਾ 10% ਜਿਹੜੇ ਖੇਤ ਮਜ਼ਦੂਰ ਆ ਜਿਨ੍ਹਾਂ ਦੀਆਂ ਦਿਹਾੜੀਆਂ ਜਾਂਦੀਆਂ ਰਹੀਆਂ ਨਰਮੇ ਦੀ ਖਰਾਬੀ ਕਰਕੇ, ਅੱਜ ਤੱਕ ਕਿਸੇ ਨੂੰ ਇੱਕ ਨਵਾਂ ਪੈਸਾ ਨਹੀਂ ਦਿੱਤਾ। ਇਹ ਵੀ ਤੁਰਤ ਭੁਗਤਾਨ ਕੀਤਾ ਜਾਏ, ਜਿਹੜੇ ਲਾਭਪਾਤਰੀ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏ। ਤੀਸਰੀ ਸਾਡੀ ਮੰਗ ਇਹ ਹੈ, ਚੰਨੀ ਸਾਹਿਬ ਬੜੇ ਵੱਡੇ ਬੋਰਡ ਲਾ ਕੇ ਅਨਾਊਂਸਮੈਂਟਾਂ ਕਰ ਰਹੇ ਕਿ ਜੀ ਅਸੀਂ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਲਾਟ ਦੇ ਹੈ, ਔਰ ਬੜੀ ਹੈਰਾਨੀ ਦੀ ਗੱਲ ਹੈ, ਇੱਕ ਨਲਾਇਕ ਡੀਸੀ ਹੋਣ ਕਰਕੇ ਮਾਨਸਾ ਦਾ, ਮਾਨਸਾ ਜ਼ਿਲ੍ਹੇ ਦੇ ਵਿੱਚੋਂ ਇੱਕ ਵੀ ਪਲਾਟ ਲੈਣ ਵਾਲਾ ਜਿਹੜਾ ਲਾਭਪਾਤਰੀ ਹੈ ਉਹਦੀ ਨਿਸ਼ਾਨਦੇਹੀ ਨਹੀਂ ਕੀਤੀ। ਜਾਣੀ ਮਾਨਸਾ ਦਾ ਕੋਈ ਨੌ ਨਿਸ਼ਾਨੀ ਨਹੀਂ। ਇਹ ਨਾ ਅਹਿਲੀਅਤ ਡੀਸੀ ਦੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ। ਸਾਡੀ ਮੰਗ ਹੈ ਕਿ ਫੌਰੀ ਤੌਰ 'ਤੇ ਜਿਹੜੇ ਲਾਭਪਾਤਰੀ ਹੈ, ਜਿਹੜੇ ਡਿਜ਼ਰਵ ਕਰਦੇ ਆ ਪਲਾਟਾਂ ਦੇ ਤੌਰ 'ਤੇ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏ ਔਰ ਉਹਨਾਂ ਨੂੰ ਪਲਾਟ ਦਿੱਤੇ ਜਾਣ। ਆਏ ਹੁਣ ਇੱਕ ਹੈਰਾਨੀ ਹੋਏਗੀ ਕਿ ਅਸੀਂ ਪਹਿਲੀ ਵਾਰੀ ਡੀਸੀ ਮਾਨਸਾ ਮੁਰਦਾਬਾਦ, ਡੀਸੀ ਮਾਨਸਾ ਦੀ ਬਦਲੀ ਕਰੋ, ਇਹ ਸਾਨੂੰ ਕਿਉਂ ਕਹਿਣਾ ਪੈ ਰਿਹਾ? ਜ਼ਿਲ੍ਹੇ 'ਚ ਜਿੰਨੀਆਂ ਸਰਕਾਰ ਵੱਲੋਂ ਲਾਉਣੀਆਂ ਸਕੀਮਾਂ ਨੇ, ਬਹੁਤ ਸਾਰੇ ਜਿਹੜੇ ਬੜੇ ਐਡਵਾਂਸ ਆ ਸਾਡੇ ਨਾਲੋਂ, ਮਾਨਸਾ 'ਚ ਹਾਲੇ ਤੱਕ 0 ਹੈ। ਕਿਉਂਕਿ ਇਸ ਡੀਸੀ ਨੂੰ ਜਾਂ ਤਾਂ ਕੰਮ ਨਹੀਂ ਆਉਂਦਾ ਜਾਂ ਇਹ ਕੰਮ ਕਰਨਾ ਨਹੀਂ ਚਾਹੁੰਦਾ। ਸਿਰਫ ਕਾਂਗਰਸੀਆਂ ਦੀਆਂ ਖੜਾਵਾਂ ਸਾਫ਼ ਕਰਨ ਤੋਂ ਬਿਨਾਂ ਇਹਦੀ ਹੋਰ ਕੋਈ ਕੁਆਲਿਟੀ ਨਹੀਂ। ਸੋ ਇਹੋ ਜਿਹਾ ਡੀਸੀ ਸਰਕਾਰ ਲਈ ਵੀ ਬੜਾ ਘਾਤਕ ਹੈ ਔਰ ਲੋਕਾਂ ਲਈ ਵੀ ਬੜਾ ਨੁਕਸਾਨਦੇਹ ਹੈ। ਸੋ ਇਹਦੀ ਅਸੀਂ ਚਾਹੁੰਦੇ ਹਾਂ ਵੀ ਫੌਰੀ ਤੌਰ 'ਤੇ ਇੱਥੋਂ ਬਦਲੀ ਕੀਤੀ ਜਾਵੇ। ਸੋ ਇਹ ਕਰਕੇ ਅੱਜ ਜਿਹੜਾ ਵੱਡਾ ਡਿਮਾਂਸਟ੍ਰੇਸ਼ਨ ਕੀਤਾ ਜਾ ਰਿਹਾ। ਇਹ ਖਰਾਬ ਨਰਮੇ ਦੇ ਮੁਆਵਜ਼ੇ ਦੇ ਲਈ ਉਹ ਡੀਸੀ ਮਾਨਸਾ ਤੱਕ ਪਹੁੰਚ ਕਰਕੇ ਇੱਕ ਆਪਣਾ ਮੰਗ ਪੱਤਰ ਦੇਣ ਦੇ ਲਈ ਆਏ ਸੀ, ਲੇਕਿਨ ਬਦਕਿਸਮਤੀ ਦੇ ਨਾਲ ਜਿਸ ਤਰ੍ਹਾਂ ਇਹ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਦੇਖ ਰਹੇ ਹਾਂ, ਉਹਦੇ ਤੋਂ ਇਹ ਲੱਗ ਰਿਹਾ ਕਿ ਚੰਨੀ ਸਰਕਾਰ ਦੀ ਬੇੜੀ ਡੋਬਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਔਰ ਜਿਹੜੀ ਹੈ ਪੁਲਿਸ ਪਾਏਗੀ। ਦੂਸਰੀ ਬੇਨਤੀ ਇਹ ਹੈ ਕਿ ਅੱਜ ਫਾਈਨਾਂਸ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ, ਨਰੇਗਾ ਦੇ ਕੰਮ ਨੂੰ ਲੈ ਕੇ ਔਰ ਸਾਡੀਆਂ ਜਿਹੜੀਆਂ ਸਤਿਕਾਰਯੋਗ ਭੈਣਾਂ ਜਿਹੜੀਆਂ ਖਰਾਬ ਨਰਮੇ ਦੇ ਲਈ ਜਿਨ੍ਹਾਂ ਦਾ ਰੁਜ਼ਗਾਰ ਖੁੱਸਿਆ ਔਰ ਉਹਨਾਂ ਦੇ ਮੁਆਵਜ਼ੇ ਦੀ ਗੱਲ ਕਰਨ ਦੇ ਲਈ ਅਸੀਂ ਆਏ ਸੀ, ਔਰ ਨਾਲ ਹੀ ਕਿ ਜਿਸ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ, ਸਾਡੀਆਂ ਲੜਕੀਆਂ ਧੀਆਂ ਭੈਣਾਂ ਅੱਜ ਉਹਨਾਂ ਦੀਆਂ ਇੱਜ਼ਤਾਂ ਮਸਰੂਫ ਨਹੀਂ, ਔਰ ਜਿਹੜੇ ਪੁਲਿਸ ਦੇ DSP ਤੱਕ ਦੇ ਜਿਹੜੇ ਸਾਡੀਆਂ ਬੱਚੀਆਂ ਅਤੇ ਉਹਨਾਂ ਦੀਆਂ ਗੁੱਤਾਂ ਪੱਟਣ ਅਤੇ ਸਾਡੇ ਨੌਜਵਾਨਾਂ ਦੀਆਂ ਪੱਗਾਂ ਲਾਉਣ ਤੱਕ ਆ ਜਾਣ, ਔਰ ਉਸ ਨੂੰ ਲੈ ਕੇ ਅੱਜ ਅਸੀਂ ਰੋਸ ਮਾਰਚ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਆਏ ਸੀ। ਮੈਂ ਇੱਕ ਵਾਰੀ ਫਿਰ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਸਰਕਾਰ ਨਹੀਂ, ਨਾ ਇਹ ਦਲਿਤਾਂ ਦੇ ਆਗੂ ਦੀ ਸਰਕਾਰ ਹੈ, ਇਹ ਸਰਕਾਰ ਅਬਾਨੀਆਂ ਡਾਨੀਆਂ ਦੀ ਹੈ, ਇਹ ਸਰਕਾਰ ਰਾਜੇ ਰਜਵਾੜਿਆਂ ਦੀ ਸਰਕਾਰ ਹੈ ਜਿਹੜੀ ਲੋਕ ਵਿਰੋਧੀ ਹੈ, ਲੋਕ ਵਿਰੋਧੀ ਫੈਸਲੇ ਕਰ ਰਹੀ ਹੈ। ਇਸ ਕਰਕੇ ਅਸੀਂ ਜਥੇਬੰਦਕ ਤੌਰ 'ਤੇ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੈ, ਇਹ ਧੱਕੇਸ਼ਾਹੀ ਦੇ ਖਿਲਾਫ਼ ਇਹ ਪਹਿਲਾਂ ਸਾਡੇ ਮਾਸਟਰ ਡਾਕਟਰ ਕਿਸਾਨ ਮਜ਼ਦੂਰ ਆਏ ਸੀ, ਹੁਣ ਔਰਤਾਂ ਅਤੇ ਜਿਹੜੇ ਪਰਿਵਾਰਾਂ ਸਮੇਤ ਜਿਹੜਾ ਅਸੀਂ ਸਰਕਾਰ ਦੇ ਇਹਨਾਂ ਵਧੀਕੀਆਂ ਦੇ ਖਿਲਾਫ਼ ਨਿਤਰਾਂਗੇ, ਅਤੇ ਸਮਾਂ ਦੱਸੇਗਾ ਕਿ ਸਰਕਾਰ ਭੱਜਦੀ ਆ ਜਾਂ ਲੋਕਾਂ ਦੀ ਸ਼ਕਤੀ ਆ ਜਿਹੜੀ ਹੈ ਇਹ ਸਰਕਾਰ ਨੂੰ ਭਜਾਉਂਦੀ। ਸਾਡਾ ਦੇਖੋ ਜੀ ਕੰਮ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਸੀ, ਜਿਹੜਾ ਇਹ ਲੋਕਡਾਊਨ ਜਾ ਲੱਗ ਗਿਆ ਸੀ ਕਰੋਨਾ ਕਰਕੇ, ਇਸ 'ਤੇ ਸਾਰਾ ਕੰਮ ਫਿੱਟ ਹੋ ਗਿਆ ਅਤੇ ਮੁੜ ਕੇ ਸਾਨੂੰ ਕੰਮ ਨਹੀਂ ਮਿਲਿਆ। ਜਿੰਨੇ ਵੀ ਬੱਚੇ ਸਾਡੇ ਬੇਰੁਜ਼ਗਾਰ ਬੈਠੇ ਨੇ ਉਹ ਸਮਾਂ ਵਿਹਲੀ ਨੇ, ਇਸ ਟਾਈਮ ਵੀ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਹੈਗਾ। ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਨਾ ਚਾਹੁੰਦੀ ਹੈਗੀ ਕਿ ਜਿਹੜੀ ਮੇਰੀ ਭੈਣਾਂ ਨੇ, ਗਰੀਬਾਂ ਨੇ, ਅਤੇ ਮੈਂ ਵੀ ਗਰੀਬ ਹੈਗੀ, ਗਰੀਬ ਪਰਿਵਾਰ ਤੋਂ ਹੈ, ਮੈਂ ਕਹਿੰਦੀ ਹੈਗੀ ਸਾਡਾ ਕਰਜ਼ਾ ਜਿੰਨਾ ਵੀ ਚੱਕਿਆ ਹੋਇਆ ਫਾਈਨੈਂਸ ਕੰਪਨੀ ਤੋਂ
ਉਹ ਸਾਨੂੰ ਮਾਫ਼ ਕੀਤਾ ਜਾਵੇ ਅਤੇ ਮੇਰੀ ਭੈਣਾਂ ਮੁਕਤ ਹੋ ਜਾਣ ਜਿਹੜੀਆਂ ਵਿਚਾਰੀ ਬੇਰੁਜ਼ਗਾਰ ਕਰਕੇ ਉਹ ਆਪਦੀ ਜਾਨ ਤੋਂ ਵੀ ਹਾਂ ਧੋ ਰਹੀਆਂ ਨੇ। ਘਰ ਕਿਸੇ ਦੇ ਆਟਾ ਹੈ, ਕਿਸੇ ਦੇ ਨਹੀਂ ਹੈਗੀ, ਕਿਸੇ ਦੇ ਰੋਟੀ ਟਾਈਮ ਬਣ ਰਹੀ ਹੈ, ਕਿਸੇ ਦੇ ਨਹੀਂ ਬਣ ਰਹੀ ਹੈ। ਮੈਂ ਉਹਨਾਂ ਤੋਂ ਬਹੁਤ ਦੁਖੀ ਹੁੰਦੀ ਹੈਗੀ ਕਿਉਂਕਿ ਉਹ ਬੱਚਿਆਂ ਵਾਸਤੇ ਕੁਛ ਵੀ ਨਹੀਂ ਲਿਆ ਰਹੀਆਂ। ਉਹਨਾਂ ਨੇ ਚੈੱਕ ਤੋਂ ਲਿੱਤਾ ਸੀ ਵੀ ਉਹਨਾਂ ਦਾ ਕੰਮ ਚੱਲ ਰਿਹਾ ਸੀ, ਪਰ ਜਦੋਂ ਕੰਮ ਬੰਦ ਹੋ ਗਿਆ ਉਹਦੇ ਕਰਕੇ ਉਹ ਬਹੁਤ ਜ਼ਿਆਦਾ ਬੇਵੱਸ ਹੋ ਗਈਆਂ ਨੇ। ਮੇਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਪੰਜਾਬ ਸਰਕਾਰ ਤੋਂ, ਡਿਪਟੀ ਤੋਂ, ਚੰਨੀ ਸਰਕਾਰ ਤੋਂ ਕਿ ਮੇਰੀ ਭੈਣਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ, ਉਹਨਾਂ ਦਾ ਮੁਆਵਜ਼ਾ ਜਿਹੜਾ ਵੀ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।